ਹਾਂਜੀ ਮਿੱਤਰੋ, ਕੀ ਹਾਲ ਚਾਲ? ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਬਹੁਤ ਘੈਂਟ ਹੋਣ ਵਾਲੀ ਹੈ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਣਾ ਇੱਕ ਪੰਜਾਬੀ ਗਾਣਾ ਸੀ ਮਾਈ ਹਾਏ ਪਾਏ ਹਾਏ, ਵਾਜ਼ੀਰ ਪਾਤਰ ਤੇ ਰੂਪ ਭੁੱਲਰ ਬਾਈ ਦਾ। ਪੁੱਤ ਦੀ ਚੜਾਈ ਵੇਖ ਲੈ, ਅੱਗ ਕਹਿੰਦੇ ਰੀਏ ਚਲਾਈ ਵੇਖ ਲੈ, ਉਹ ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ, ਉਹਦੇ ਪਿੱਛੇ ਦੁਨੀਆ ਚਦਾਈ ਵੇਖ। ਸੋ ਇਹਦੇ 'ਤੇ ਆਲਰੇਡੀ ਮੈਂ ਇੱਕ ਮਿੰਟ ਹਾਂ ਸੋ ਇਹਦੇ 'ਤੇ ਆਲਰੇਡੀ ਮੈਂ ਇੱਕ ਜਿਹੜੀ ਰੀਲ ਕ੍ਰੀਏਟ ਕੀਤੀ ਹੈ ਉਹ ਤੁਸੀਂ ਦੇਖ ਸਕਦੇ ਹੋ ਆਪਣੇ ਇੰਸਟਾਗ੍ਰਾਮ ਚੈਨਲ 'ਤੇ। ਹਾਲਾਂਕਿ ਤੁਸੀਂ ਫੋਲੋ ਕੀਤਾ ਹੋਇਆ ਲੇਕਿਨ ਤੁਸੀਂ ਆਹ ਦੇਖੋ ਵੇਖਦੇ ਨਹੀਂ। ਵਿਊ ਸਾਰੇ 4736 ਆਏ ਹੈ ਅਤੇ 12,000 ਫੋਲੋਵਰਸ ਦੇ ਵਿੱਚੋਂ, ਬਹੁਤ ਮਾੜੀ ਗੱਲ ਹੈ ਯਾਰ। ਸੋ ਦੇਖੋ ਯਾਰ ਜ਼ਰੂਰ, ਦੇਣ ਵਾਲੀ ਇੱਕ ਆਹ ਸੀਗੀ ਇੱਕ ਰੀਲ, ਇਹ ਵੀ ਬਹੁਤ ਘੈਂਟ ਬਣਾਈ ਹੈ, ਜਾ ਕੇ ਦੇਖਿਓ। ਪੋਡਕਾਸਟ ਵਾਲੀਆਂ ਰੀਲਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਹੈ, ਇਹੋ ਜਿਹੀਆਂ ਨੂੰ ਵੀ ਦੇਖਿਆ ਕਰੋ ਯਾਰ, ਮਜ਼ਾ ਆਉਂਦਾ। ਅਤੇ ਬਾਕੀ ਹੁਣ ਅੱਜ ਦੇਖਦੇ ਹਾਂ ਓਰਿਜਨਲ ਗਾਣਾ। ਸੋ ਉਹਨਾਂ ਚਿਰ ਤੁਸੀਂ ਇਹਨੂੰ ਫੋਲੋ ਕਰ ਲਓ, ਥੋੜ੍ਹੀ ਜਿਹੀ ਮੈਂ ਤੁਹਾਨੂੰ ਇਹ ਦਿਖਾ ਦਿੰਦਾ ਵੈਸੇ। ਹਲੋ ਦੇਖ ਲਓ ਚਲੋ ਛੱਡੋ, ਆਪਦੀਆਂ ਤਰੀਫਾਂ ਆਪ ਹੀ ਕਰੀ ਜਾਂਦੇ ਆ। ਸਿੱਧਾ ਹੁਣ ਜਿਹੜੀ ਆਪਾਂ ਵੀਡੀਓ ਦੇਖਦੇ ਹਾਂ, ਆ ਜਾਓ ਪੁਰਾਣੇ ਪੁਰਾਣੇ ਅੰਮ੍ਰਿਤਸਰ ਆਉਣੇ। ਕਦੇ ਮੈਨੂੰ ਕੰਜਰੀ ਨੀ ਚਾਰ ਦੱਸ ਦੇ, ਕਦੇ ਸਿਰ ਪੂਤਿਆ ਸਵਾਰ ਦੱਸ ਦੇ, ਹੋ ਕਿੰਨੀ ਗਾਉਣਾ ਛੱਡਦੇ ਨਹੀਂ ਤਾਂ ਛੱਡ ਤੂੰ, ਜਿਹਦੇ ਨਾਲ ਦਿਲੋਂ ਸੀ ਪਿਆਰ ਦੱਸ ਦੇ, ਹੋ ਕਹਿੰਦੇ ਅੱਜ ਰੂਪ ਤੈਨੂੰ ਆ ਕੇ ਮਿਲਣਾ, ਮੇਰੇ ਅੰਦਰ ਹੁੰਦੇ ਸੀ ਕਦੇ ਨੀ ਹੱਸਦੇ, ਪਿੱਛੇ ਅੱਜ ਗੱਡੀਆਂ ਦਾ ਵੇਖ ਕਾਹਲਾ, ਉਹ ਕਦੇ ਮੰਗ ਮੁੱਕ ਕੇ ਹੁੰਦਾ ਸੀ ਸਾਰਦਾ, ਪਤਾ ਨੀ ਤੋਂ ਚੱਲਦਾ ਜੇ ਸਾਫ ਰਵੇ ਨੀ, ਆਪੇ ਰੱਬ ਗੁੱਡੀ ਅੰਬਰਾਂ ਦੇ ਚਾੜਦਾ, ਤਾਰੀ ਵਾਲਾ ਜੇਤੀ ਇੱਕ ਫੜੀ ਫੇਰਦਾ, ਨਵੀਂ ਕਾਰ ਵੈਟ ਵੀ ਖੜਾਈ ਵੇਖ ਲੈ, ਉਹ ਬਾਪੂ ਤੇਰੇ ਪੁੱਤ ਦੀ ਚੜਾਈ ਵੇਖ ਲੈ, ਅੱਗ ਕਹਿੰਦੇ ਰੀਏ ਚਲਾਈ ਵੇਖ ਲੈ, ਉਹ ਜਿਹਨੂੰ ਕਦੇ ਪਿੰਡ ਨਹੀਂ ਸੀ ਪੁੱਛਦਾ ਕੋਈ, ਉਹਦੇ ਪਿੱਛੇ ਦੁਨੀਆ ਚਦਾਈ ਵੇਖ ਲੈ, ਉਹ ਬਾਪੂ ਤੇਰੇ ਪੁੱਤ ਦੀ ਚੜਾਈ ਵੇਖ ਲੈ। ਅੱਛਾ, ਵਾਜ਼ੀਰ ਬਾਈ ਨੇ ਹਮੇਸ਼ਾ ਕਮਾਲ ਕਰਦਾ, ਇੱਕ ਤਾਂ ਬਲੈਕ ਐਂਡ ਵਾਈਟ ਜਿਹੜਾ ਦਾ ਥੀਮ ਹੁੰਦਾ ਉਹ ਇੱਕ ਵੱਖਰੀ ਵਾਈਬ ਕ੍ਰੀਏਟ ਕਰਦਾ। ਮੇਰਾ ਗਾਣਾ ਇਹ ਫੇਵਰੇਟ ਬਣ ਚੁੱਕਿਆ, ਕਿੰਨੇ ਦਿਨਾਂ ਤੋਂ ਰਿਪੀਟ 'ਤੇ ਹੀ ਚੱਲਣ ਡਿਆ, ਤੁਸੀਂ ਸਟੋਰੀਜ਼ ਦੇ ਵਿੱਚ ਰੀਲਾਂ ਦੇ ਵਿੱਚ ਆਲਰੇਡੀ ਮੇਰੇ ਅਕਾਊਂਟ 'ਤੇ ਦੇਖਿਆ ਹੋਣਾ, ਨਜ਼ਾਰੇ ਆ ਬਾਈ। ਇਹਦੀ ਬੀਟ ਹੀ ਬੜੀ ਜ਼ਬਰਦਸਤ ਹੈ, ਮਤਲਬ ਬੀਟ ਜਦੋਂ ਇਹ ਬੀਟ ਪਲੇ ਹੁੰਦੀ ਹੈ ਨਾ ਉਦੋਂ ਆਪਣੇ ਆਪ ਹੀ ਇੱਦਾਂ ਇੱਦਾਂ ਆਪਣੇ ਆਪ ਹੀ ਅੰਦਰੋਂ ਵਾਈਬ ਆਉਣ ਲੱਗ ਜਾਂਦੀ ਹੈ। ਹੁਣ ਵਾਜ਼ੀਰ ਬਾਈ ਦਾ ਵਰਸ ਹੁੰਦੇ ਆ, ਵੱਖਰਾ ਤੇ ਕਾਮਯਾਬ ਮੇਰੇ ਨੀ ਵੱਖਰੇ, ਤਾਂ ਹੀ ਜਣੇ ਖਣੇ ਨਾਉਂਦੇ ਜੀ ਤਾਂ ਹੋਣੀ ਨਹੀਂ ਓ ਰੀਜ਼ ਕਿਸੇ ਤੋਂ, ਨਾ ਹੀ ਇੱਥੇ ਵੱਜਣੀਆਂ ਕਾਫੀ ਅੱਟ ਦੀ, ਹੈਟਰਾਂ ਦੇ ਸੀਨੇ ਵਿੱਚ ਆਉ ਵੱਜਦਾ ਜਾਉ ਸਿੱਧੂ ਬਾਈ ਜਦੋਂ ਗਾਉਂਦਾ ਸੀ ਨਾ ਉਦੋਂ ਕਦੇ ਕਹਿੰਦੇ ਜੀ ਇਹ ਤਾਂ ਹਥਿਆਰਾਂ ਦੇ ਗਾਣੇ ਗਾਉਂਦਾ, ਕਦੇ ਕਹਿੰਦੇ ਇਹ ਮਤਲਬ ਇਹਦੇ ਚੱਕਮੇ ਹੁੰਦੇ ਗਾਣੇ, ਇਹ ਖਾਲਿਸਤਾਨੀ ਸਪੋਰਟਰ ਆ, ਕਦੇ ਫਲਾਨਾ ਢਿਉਂਕਾ। ਤੇ ਉਸ ਤੋਂ ਬਾਅਦ ਕੀ ਕੁਛ ਹੋਇਆ, ਸਿੰਗਰ ਸਾਰੇ ਸਿੰਗਰਾਂ ਦੀਆਂ ਪੋਲਾਂ ਖੁੱਲੀਆਂ, ਸਾਰਿਆਂ ਦੀ ਔਕਾਤ ਸਾਹਮਣੇ ਆਈ ਹੈ। ਅੰਮ੍ਰਿਤ ਮਾਨ ਦੇਖਿਆ ਨਾ ਕਿੱਦਾਂ ਬੁੱਤ ਨੂੰ ਜੱਫੀਆਂ ਪਾ ਕੇ ਰੋਂਦਾ ਸੀਗਾ, ਤੇ ਜਦੋਂ ਖੜਨਾ ਸੀ ਉਦੋਂ ਖੜਿਆ ਨਹੀਂ,
ਹੋਰ ਵੀ ਇਹਦੇ ਬੜੇ ਸਾਰੇ ਸਿੰਗਰ ਹੈ, ਕਿੰਨਿਆਂ ਦੀ ਸਾਰਿਆਂ ਦੀ ਔਕਾਤ ਸਾਹਮਣੇ ਆਈ ਹੈ, ਪੰਜਾਬੀ ਇੰਡਸਟਰੀ ਦਾ ਕਾਲਾ ਸੱਚ ਸਾਰਿਆਂ ਨੂੰ ਪਤਾ ਲੱਗ ਗਿਆ। ਤੇ ਬਾਈ ਦੀ ਅੱਜ ਦੇਖਿਆ ਨਾ ਵਾਜ਼ਰ ਦੀ ਲਿਖਣੀ ਚੋਂ ਸਿੱਧੂ ਮੂਸੇਵਾਲ ਦੀ ਝਲਕ ਆਉਂਦੀ ਹੈ ਕਿ ਨਹੀਂ। ਘੈਂਟ ਆ ਯਾਰ, ਮਿਊਜ਼ਿਕ ਵੀ ਬਾਈ ਦਾ, ਲਿਰਿਕਸ ਰੂਪ ਬਾਈ ਨੇ ਲਿਖਿਆ, ਬਹੁਤ ਹੀ ਸੋਹਣੀ ਵੀਰੇ ਕਲਮ ਤੁਹਾਡੀ, ਬਹੁਤ ਸੋਹਣਾ ਲਿਖਿਆ। ਡਾਇਰੈਕਟਰ ਹੈਗਾ ਗੁਰਜੰਟ ਪਾਣੇਸਰ ਅਤੇ ਬਾਕੀ ਐਡੀਟਰ ਅਤੇ ਸਾਰਾ ਕੁਛ ਵਿੱਚ ਹੀ ਹੈ, ਮਜ਼ਾ ਆ ਗਿਆ। ਸੋ ਮਿੱਤਰ ਪਿਆਰਿਓ, ਇਹ ਸੀਗਾ ਅੱਜ ਦਾ ਇੱਕ ਗਾਣਾ, ਬਹੁਤ ਹੀ ਘੈਂਟ ਵਾਈਬ ਆਉਂਦੀ ਹੈ ਜਦੋਂ ਵੀ ਆਹ ਗਾਣਾ ਮੈਂ ਸੁਣਦਾ, ਬੜੀ ਹੀ ਵੱਖਰੀ ਜਿਹੀ ਕੰਪੋਜੀਸ਼ਨ ਲੱਗੀ ਮੈਨੂੰ, ਠੀਕ ਹੈ। ਅਤੇ ਇਹਦੇ ਵਿੱਚ ਜਿਹੜੇ ਲਿਰਿਕਸ ਹੈ, ਲਿਰਿਕਸ ਬਹੁਤ ਸੋਹਣੇ ਹੈ। ਇਹਨਾਂ ਨੇ ਗੱਲ ਕੀਤੀ ਹੈ ਹਰ ਇੱਕ ਉਹ ਬੰਦੇ ਦੀ ਜਿਹਨੂੰ ਕ੍ਰਿਟੀਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਪੂਰੀ ਦੁਨੀਆ ਦਾ, ਜਦੋਂ ਉਹ ਕੁਝ ਕਰਨਾ ਚਾਹੁੰਦਾ ਅਤੇ ਲੋਕ ਉਹਦੀਆਂ ਲੱਤਾਂ ਖਿੱਚਦੇ ਕਿ ਤੇਥੋਂ ਨਹੀਂ ਹੋਣਾ, ਚੱਲ ਚੱਲ ਤੂੰ ਤਾਂ ਕੁਝ ਹੋਰ ਕਰ, ਤੂੰ ਤਾਂ ਆਪਦੇ ਉਹੀ ਕੰਮ ਕਰ ਜਿਹੜੇ ਪਹਿਲਾਂ ਤੁਹਾਡੇ ਬਾਪ ਦਾਦੇ ਕਰ ਰਹੇ ਆ, ਤੁਸੀਂ ਕੁਝ ਵੱਖਰਾ ਨਹੀਂ ਕਰ ਸਕਦੇ। ਮਤਲਬ ਇੱਕ ਤਰ੍ਹਾਂ ਦਾ ਮੋਟੀਵੇਸ਼ਨਲ ਸੌਂਗ ਹੈ ਜੇਕਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝੋ ਤਾਂ। ਲਿਰਿਕਸ ਬੜੇ ਡੀਪ ਹੈ, ਬਾਈ ਦੀ ਐਗਜ਼ਾਮਪਲ ਹੋ ਗਈ, ਸਿੱਧੂ ਬਾਈ ਦੀ ਇੱਕ ਮਿਊਜ਼ਿਕ ਦੀ ਬੀਟ ਦੇ ਨਾਲ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਜਿਹੜਾ ਕਿ ਬੜੇ ਬਾਖੂਬੀ ਢੰਗ ਨਾਲ ਆਪਾਂ ਨੂੰ ਉਹ ਆਲਰੇਡੀ ਮੋਟੀਵੇਟ ਕਰਦੇ ਹੈ। ਜਦੋਂ ਤੁਸੀਂ ਇਹ ਗਾਣੇ ਨੂੰ ਸੁਣਦੇ ਹੋ ਨਾ, ਤੁਹਾਡੇ ਅੰਦਰ ਇੱਕ ਅਲੱਗ ਜਿਹਾ ਜੋਸ਼ ਆ ਜਾਂਦਾ। ਕਈ ਗਾਣੇ ਹੁੰਦੇ ਆ ਯਾਰ, ਕਈ ਗਾਣੇ ਹੁੰਦੇ ਆ ਤੁਸੀਂ ਜਦੋਂ ਡਰਾਈਵਿੰਗ ਕਰ ਰਹੇ ਹੋ ਨਾ, ਤੁਸੀਂ ਉਹ ਸੁਣਨਾ ਪਸੰਦ ਕਰਦੇ ਹੋ, ਕਈ ਗਾਣੇ ਤੁਸੀਂ ਵਿਆਹਾਂ 'ਚ ਸੁਣਨਾ ਪਸੰਦ ਕਰਦੇ ਹੋ, ਕਈ ਗਾਣੇ ਹੁੰਦੇ ਆ ਕਿ ਬਸ ਜਦੋਂ ਵੀ ਲੱਗ ਜੇ ਨਾ, ਉਦੋਂ ਹੀ ਤੁਹਾਡਾ ਉਹ ਟਾਈਮ, ਉਹ ਸਿਚੁਏਸ਼ਨ, ਉਹ ਸਾਰਾ ਕੁਛ ਉਦੋਂ ਦਾ ਫੇਵਰੇਟ ਹੈ, ਠੀਕ ਹੈ। ਇਹ ਉਦਾਂ ਦਾ ਗਾਣਾ ਹੈ ਕਿ ਬਸ ਜਦੋਂ ਮਰਜ਼ੀ ਸੁਣ ਲਓ ਇਹਨੂੰ, ਉਹ ਐਨਰਜੀ ਆਪਣੇ ਆਪ ਆ ਜਾਂਦੀ ਹੈ, ਇੱਕ ਵਾਈਬ ਮੈਚ ਹੋ ਜਾਂਦੀ ਤੁਹਾਡੀ, ਅਤੇ ਮਤਲਬ ਬੰਦਾ ਸੋਚਦਾ ਕਿ ਯਾਰ ਇਹ ਗਾਣਾ ਤਾਂ ਮੇਰੇ 'ਤੇ ਹੀ ਬਣਿਆ, ਮਤਲਬ ਉਦਾਂ ਦਾ ਗਾਣਾ ਹੈ ਇਹ, ਬਹੁਤ ਹੀ ਸੋਹਣਾ ਇਹਨਾਂ ਨੇ ਪ੍ਰਜੈਂਟ ਕੀਤਾ। ਵਾਜ਼ਰ ਬਾਈ ਦੇ ਜਿੰਨੇ ਵੀ ਗਾਣੇ ਹੁੰਦੇ, ਤੁਹਾਨੂੰ ਪਤਾ ਉਹ ਬਲੈਕ ਐਂਡ ਵਾਈਟ ਥੀਮ ਦੇ ਹੁੰਦੇ ਆ, ਅਤੇ ਉਹਦਾ ਸਟਾਈਲ ਵੱਖਰਾ ਹੁੰਦਾ ਯਾਰ, ਹਮੇਸ਼ਾ ਕੱਪੜੇ ਬਲੈਕ, ਗੱਡੀ ਬਲੈਕ, ਸਾਰਾ ਕੁਝ ਬਲੈਕ, ਠੀਕ ਹੈ। ਅਤੇ ਉਹ ਇੱਕ ਆਪਣੇ ਆਪ ਵਿੱਚ ਇੱਕ ਨਵੀਂ ਚੀਜ਼ ਹੈ, ਉਹ ਉਹਨਾਂ ਦਾ ਸਟਾਈਲ ਹੈ ਯਾਰ, ਉਹ ਬਾਈ ਦਾ ਸਵੈਗ ਆ ਉਹਦਾ ਵੱਖਰੇ ਤਰ੍ਹਾਂ ਦਾ। ਐਂਡ ਬਾਈ ਨੇ ਕਈਆਂ ਦੇ ਭਰਮ ਵੀ ਤੋੜਿਆ, ਇੱਕ ਕਈ ਸਿੱਖ ਮੁੰਡੇ ਲੰਬੀਆਂ ਦਾੜੀਆਂ ਵਾਲੇ, ਜਿਵੇਂ ਫਤਿਹ ਹੁੰਦਾ ਹੈ ਨਾ, ਇੱਕ ਫਤਿਹ ਦੇ ਬੜੇ ਰੈਪ ਚੱਲੇ ਅਮਰਿੰਦਰ ਗਿੱਲ ਮੇਰੇ ਨਾਲ, ਬਿਲਾਲ ਸਈਦ ਦੇ ਨਾਲ, ਹੋਰ ਵੀ ਕਾਫੀ ਸਾਰੇ ਸਿੰਗਰਾਂ ਨਾਲ ਉਹਨਾਂ ਦੇ ਰੈਪ ਬੜੇ ਆਉਂਦੇ ਹੁੰਦੇ ਸੀਗੇ, ਹੁਣ ਵੀ ਆਉਂਦੇ ਆ ਡਾਕਟਰ ਜਿਊਸ ਦੇ ਨਾਲ, ਅਤੇ ਲੇਕਿਨ ਹੋਰ ਵੀ ਕਾਫੀ ਸਾਰੇ ਇੱਦਾਂ ਦੇ ਸਰਦਾਰ ਮੁੰਡੇ ਲੰਬੀਆਂ ਦਾੜੀਆਂ ਵਾਲੇ, ਜਿਨ੍ਹਾਂ ਨੂੰ ਅੱਗੇ ਲੱਗਦਾ ਹੁੰਦਾ ਸੀ ਨਾ
ਕਿ ਇੰਡਸਟਰੀ ਦੇ ਵਿੱਚ ਸਰਦਾਰ ਮੁੰਡੇ ਕੰਮ ਨਹੀਂ ਕਰ ਸਕਦੇ, ਕਿਉਂਕਿ ਬਾਲੀਵੁੱਡ ਨੇ ਕੁਛ ਹੋਰ ਹੀ ਸ਼ਾਹ ਬਣਾਤੀ ਸੀ ਸਰਦਾਰਾਂ ਦੀ। ਤੇ ਲੇਕਿਨ ਹੁਣ ਸਾਰਿਆਂ ਦੇ ਭਰਮ ਟੁੱਟਣੇ ਸ਼ੁਰੂ ਹੋ ਗਏ ਆ। ਪੱਗਾਂ ਵਾਲੇ ਮੁੰਡੇ ਚਾਹੇ ਮਾਡਲਿੰਗ ਹੈ, ਚਾਹੇ ਫੈਸ਼ਨ ਮਾਡਲ ਹੈ, ਚਾਹੇ ਆਂਤਰਪ੍ਰਨਿਓਰ ਹੈ, ਚਾਹੇ ਉਹ ਇਨਫਲੂਐਂਸਰ ਹੈ, ਚਾਹੇ ਉਹ ਯੂਟਿਊਬਰ ਹੈ, ਕੰਟੈਂਟ ਕ੍ਰੀਏਟਰ ਹੈ, ਚਾਹੇ ਉਹ ਸਿੰਗਰ ਹੈ, ਚਾਹੇ ਉਹ ਰਾਈਟਰ ਹੈ, ਚਾਹੇ ਉਹ ਫਿਲਮ ਦਾ ਮੇਨ ਲੀਡ ਦੇ ਵਿੱਚ ਹੀਰੋ ਹੈ, ਸਾਰਾ ਕੁਝ ਅੱਜ ਸਿੱਖ ਮੁੰਡੇ ਕਰ ਰਹੇ ਆ ਲੰਬੀਆਂ ਦਾੜੀਆਂ ਵਾਲੇ। ਸੋ ਇਹ ਕੁਝ ਇਹੋ ਜਿਹੇ ਮੁੰਡਿਆਂ ਕਰਕੇ ਪੋਸੀਬਲ ਹੋਇਆ ਜਿਨ੍ਹਾਂ ਨੇ ਦਿਖਾਇਆ ਕਿ ਯਾਰ ਅਸੀਂ ਹਰ ਅਸੀਂ ਮਤਲਬ ਕੀ ਕਹਿੰਦੇ ਹੁੰਦੇ ਆ ਉਹਨੂੰ, ਮਤਲਬ ਹਰ ਖੇਤਰ ਦੇ ਵਿੱਚ ਜਾ ਕੇ ਅਸੀਂ ਮੱਲਾਂ ਮਾਰੀਆਂ ਤੇ ਸਿਰਫ ਬੱਲੇ ਬੱਲੇ ਤੇ ਹੋਏ ਹੋਏ ਜੋਗੇ ਨਾ ਰੱਖੋ। ਇਹ ਲੋਕਾਂ ਦੀ ਜਿਹੜੀ ਮੈਂਟੈਲਿਟੀ ਹੈ ਨਾ ਉਹਨੂੰ ਤੋੜਿਆ ਹੈ ਸਾਡੇ ਇਹੋ ਜਿਹੇ ਮੁੰਡਿਆਂ ਨੇ। ਸੋ ਬਹੁਤ ਵਧੀਆ ਗੱਲ ਹੈ ਯਾਰ, ਸਪੋਰਟ ਕਰਿਆ ਕਰੋ। ਗਾਣੇ ਦੇਖੋ ਇੰਟਰਨੈਸ਼ਨਲ ਲੈਵਲ ਤੱਕ ਦਾ ਮਿਊਜ਼ਿਕ ਆ ਆਪਣੇ ਪੰਜਾਬੀ ਗਾਣਿਆਂ, ਪੂਰੇ ਏਸ਼ੀਆ ਦੇ ਵਿੱਚ ਐਡਾ ਜ਼ਬਰਦਸਤ ਮਿਊਜ਼ਿਕ ਪ੍ਰੋਡਿਊਸ ਕੀਤਾ ਜਾਂਦਾ। ਇੰਡੀਆ ਦੀ ਜੋ ਮਿਊਜ਼ਿਕ ਇੰਡਸਟਰੀ ਦੀ ਜਿੰਨੀ ਵੀ ਅਰਨਿੰਗ ਹੁੰਦੀ ਹੈ ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਹੈ ਜਿਹੜਾ ਪੰਜਾਬੀ ਮਿਊਜ਼ਿਕ ਪ੍ਰੋਡਿਊਸ ਕਰ ਰਿਹਾ, ਠੀਕ ਹੈ। ਤੇ ਉਹ ਇੱਕ ਅਲੱਗ ਲੈਵਲ ਦੀਆਂ ਗੱਲਾਂ ਯਾਰ, ਐਵੇਂ ਤਾਂ ਨਹੀਂ ਬਾਲੀਵੁੱਡ ਵਾਲੇ ਨਿੱਤ ਨਵਾਂ ਕੋਈ ਗਾਣਾ ਆਪਣਾ ਕਾਪੀ ਕਰਕੇ ਰੀਮੇਕ ਕਰ ਰਹੇ ਹੁੰਦੇ। ਸੋ ਇਹ ਇੱਦਾਂ ਹੀ ਨਹੀਂ ਗੱਲਾਂ ਬਣੀਆਂ। ਇਹ ਸਿੱਧੂ ਮੂਸੇਵਾਲਾ, ਕਰਨ ਔਜਲਾ, ਏ ਪੀ ਢਿੱਲੋਂ, ਠੀਕ ਹੈ, ਦਲਜੀਤ ਦੋਸਾਂਝ, ਗਿੱਪੀ ਗਰੇਵਾਲ, ਅਮਰਿੰਦਰ ਗਿੱਲ, ਸਤਿੰਦਰ ਸਰਤਾਜ, ਤੇ ਆਹ ਹੋਰ ਵੀ ਜਿਹੜੇ ਇੱਦਾਂ ਦੇ ਨਾਮ ਹਨਾ, ਵਾਜ਼ਿਰ ਬਾਈ ਹੋ ਗਿਆ ਜਾਂ ਰੈਪ ਦੇ ਵਿੱਚ ਹੋ ਗਏ, ਫ੍ਰੀ ਸਟਾਈਲ ਦੇ ਵਿੱਚ ਹੋ ਗਏ, ਇਹਨਾਂ ਸਾਰਿਆਂ ਕਰਕੇ ਇਹ ਚੀਜ਼ਾਂ ਪੋਸੀਬਲ ਹੋਈਆਂ। ਤੇ ਸੁਣਦੇ ਰਹੋ, ਸੁਣਾਉਂਦੇ ਰਹੋ, ਇੱਦਾਂ ਹੀ ਆਪਣੇ ਚੈਨਲ ਤੇ ਆਪਣੀਆਂ ਵੀਡੀਓ ਵੇਖਦੇ ਰਹੋ ਤੇ ਇੱਕ ਦੂਜੇ ਨੂੰ ਵਿਖਾਉਂਦੇ ਰਹੋ। ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਪਰ, ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਪੱਕਾ ਕਰਕੇ ਜਾਇਓ। ਮਿਲਦੇ ਆ ਅਗਲੀ ਵੀਡੀਓ, ਸਤਿ ਸ਼੍ਰੀ ਅਕਾਲ।